ਮંત્રી ਗੁਰਮੀਤ ਸਿੰਘ ਖੁੱਡੀਆਂ ਹਲਕਾ ਬੁੜਲਾਡਾ ਚ ਜਾਂਦੇ 18 ਤਰੀਕ ਨੂੰ ਤੇ ਉੱਥੇ ਕੁਝ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਤਾਂ ਖਮਿਆਜਾ ਕੀ ਵਿਰੋਧ ਕਰਨ ਵਾਲਿਆਂ ਨੂੰ ਭੁਗਤਣਾ ਪਿਆ 8 ਜਣਿਆਂ ਤੇ ਬਾਈ ਨੇਮ ਪਰਚਾ ਹੋ ਗਿਆ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਬਣਾਉਣ ਵਿੱਚ ਐਮਪੀ ਚੋਣਾਂ ਵਿੱਚ ਮਦਦ ਕਰਦੇ ਰਹੇ ਆ ਲੋਕ ਆਪ ਦੀ ਪਾਰਟੀ ਦੇ ਬੰਦਿਆਂ ਦੇ ਉੱਤੇ ਪਰਚਾ ਕਰਵਾਉਣ ਵਾਲੀ ਵੀ ਮੈਨੂੰ ਲੱਗਦਾ ਹੈ ਕਿ ਇਹ ਪਹਿਲੀ ਪਾਰਟੀ ਹੋ ਇੱਥੋਂ ਜਿਹੜੇ ਆਮ ਆਦਮੀ ਪਾਰਟੀ ਦੇ ਭਮੱਕੜ ਵਰਕਰ ਹੈ ਉਹਨਾਂ ਨੇ ਵੀ ਸਮਝ ਲਾ ਜਾਈਦਾ ਕਿ ਆਪਦੇ ਐਮਐਲਏ ਨਾਲ ਹਸਾਬ ਨਾਲ ਰੋ ਪਰਚਾ ਹੋ ਸਕਦਾ ਆਮ ਆਦਮੀ ਪਾਰਟੀ ਕਹਿੰਦੀ ਕਿ ਐਸੀ ਗੱਲ ਕਰਨੀ ਸਿਖਾਈ ਹੈ ਲੋਕਾਂ ਨੂੰ ਕਿ ਲੀਡਰਾਂ ਨੂੰ ਸਵਾਲ ਕਿਵੇਂ ਪੁੱਛਣਾ ਹੈ ਹੁਣ ਜਦੋਂ ਸਵਾਲ ਖੁਦ ਨੂੰ ਹੋ ਰਿਹਾ ਹੈ ਤੇ ਬਰਦਾਸ਼ਤ ਕਰਨ ਦੀ ਸ਼ਕਤੀ ਬੜੀ ਘਟਦੀ ਜਾ ਰਹੀ ਹੈ ਦਿਨ ਦਰ ਮਾਨ ਸਾਹਿਬ ਵੀ ਇਹ ਕਹਿੰਦੇ ਸੀ ਕਿ ਭਾਵੇਂ ਮੈਂ ਹੋਵਾਂ ਸਵਾਲ ਕਰੋ ਮਤਲਬ ਸਵਾਲ ਕਹਿੰਦੇ ਜ਼ਰੂਰ ਹੈ ਪਰ ਜੇ ਕੋਈ ਕਰਨ ਆਉਂਦਾ ਉਹਦੇ ਨਾਲ ਭੈੜੀ ਬਹੁਤ ਹੁੰਦੀ ਹੈ ਜਦੋਂ ਕਿਤੇ ਪ੍ਰਚਾਰ ਹੁੰਦਾ 20 25 25 ਮੋਬਾਈਲ ਉੱਤੇ ਲੱਗੇ ਹੁੰਦੇ ਆ ਵੀਡੀਓ ਬਣਾਉਣ ਦੇ ਲਈ ਇੱਕ ਅੱਧੀ ਵੀਡੀਓ ਤਾਂ ਹੋਣੀ ਚਾਹੀਦੀ ਹੈ ਜਿੱਥੇ ਪੁਲਿਸ ਦੀ ਵਰਦੀ ਪਾੜ ਰਹੀ ਹੈ ਇਹ ਅਕਸਰ ਹੀ ਵਾਦੀ ਵਰਦੀ ਪਾੜਨ ਵਾਲੀਆਂ ਗੱਲਾਂ ਉਦੋਂ ਹੀ ਹੁੰਦੀਆਂ ਹੁੰਦੀਆਂ ਜਦੋਂ ਪਰਚਾ ਕਰਵਾਉਣਾ ਹੋਵੇ ਪਰਚਾ ਬਰੇ ਦੇ ਵਿੱਚ ਹੋਇਆ ਪਰ ਇਹਦੇ ਸਿੱਟੇ ਕਿੱਥੋਂ ਤੱਕ ਜਾਣੇ ਆ ਪੂਰੇ ਬੰਦਹਾਡੇ ਹਲਕੇ ਦੇ ਵਿੱਚ ਸਿੱਟੇ ਜਾਣੇ ਆ ਜਿੱਥੇ-ਜਿੱਥੇ ਵੀ ਇਹਨਾਂ ਦੇ ਐਮਐਲਏ ਨੇ ਕਿਸੇ ਨਾ ਕਿਸੇ ਤੇ ਪਰਚੇ ਕਰਾਏ ਆ ਉਹ ਪੂਰੇ ਦੇ ਪੂਰੇ ਪੈਂਡੀ ਉਲਟ ਹੋ ਗਿਆ ਹੈ ਹੋਣੇ ਜਿਹੜੇ ਪ੍ਰਿੰਸੀਪਲ ਬਦਰਾਮ ਕਹਿੰਦੇ ਆ ਉਹਨਾਂ ਨੂੰ ਅਸੀਂ ਫੋਨ ਲਾਇਆ ਉਹ ਆਪਦੀ ਆਪ ਹੀ ਕਹਿੰਦੇ ਇਹ ਪਰਚਾ ਮੈਂ ਅਸੀਂ ਨਹੀਂ ਕਰਵਾਇਆ ਗਿਆ ਇਹ ਪਰਚਾ ਤਾਂ ਪੁਲਿਸ ਨੇ ਕੀਤਾ ਉੱਥੇ ਪੁਲਿਸ ਨਾਲ ਉਹ ਹੱਥੇ ਪਾਈ ਹੋਇਆ ਮਤਲਬ ਕਿਤੇ ਨਾ ਕਿਤੇ ਪ੍ਰਿੰਸੀਪਲ ਸਾਹਿਬ ਵੀ ਥੜਕਦੇ ਨਜ਼ਰ ਆ ਰਹੇ ਸੀ ਈਵਨ ਸਿੰਘ ਅੱਗੇ ਹੋਰ ਬਹੁਤ ਸਾਰੇ ਹੋਣਗੇ ਫਿਰ ਇਸ ਤਰ੍ਹਾਂ ਦੇ ਭਮਾਕੜ ਜਾਂ ਵਲੰਟੀਅਰ ਜਿਹੜੇ ਪਛਤਾ ਰਹੇ ਹੋਣਗੇ ਕਿ ਅਸੀਂ ਤੇ ਕਿਹੜੇ ਪਾਸੇ ਪੰਗਾ ਜਾਂ ਕਿਹੜਾ ਰਾਖ ਤਿਆਰ ਕਰ ਲਿਆ ਕਿਉਂਕਿ ਜਿੱਥੇ ਉਹ ਅਹੁਦੇਦਾਰੀ ਦੀ ਉਹਨਾਂ ਨੂੰ ਆਸ ਸੀ ਉਮੀਦ ਸੀ ਕਿ ਮਿਲੇਗੀ ਉਹਦੇ ਬਦਲੇ ਤੇ ਪਰਚਾ ਮਿਲ ਗਿਆ ਜਿਨ੍ਹਾਂ ਨੇ ਪਾਰਟੀ ਲਈ ਦੰਨ ਰਾਤ ਖੂਂਡੋ ਲਿਆ ਦਰ ਰਾਤ ਤੁਰੇ ਉਸ ਸਮੇ ਅਕਾਲੀ ਦਲ ਦੀ ਸੱਤਾ ਬੜੀ ਭਿਆਨਕ ਸੀ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਵੀ ਉਹ ਭਿੜੇ ਉਸ ਸਮਾਂ ਆ ਗਿਆ ਜਦੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਹੀ ਕੁਝ ਨਹੀਂ ਪੈਂਦੀਆਂ ਸੀ ਉਦੋਂ ਖੜੇ ਤੇ ਅੱਜ ਉਹਨਾਂ ਨੂੰ ਪਰਚੇ ਚੱਲਣੇ ਪੈ ਰਹੇ ਆ ਏ ਜੇਕਰ ਭਾਈ ਪਾ ਨੂੰ ਸਵਾਲ ਹੁੰਦੇ ਤਾਂ ਆਮ ਆਦਮੀ ਪਾਰਟੀ ਰੀਲਾਂ ਕੱਟ-ਕੱਟ ਪਾਉਂਦੀ ਹੈਗੀ ਪੇਜ ਦੇ ਉੱਤੇ ਤੇ ਜੇਕਰ ਇਹਨਾਂ ਨੂੰ ਸਵਾਲ ਹੁੰਦੇ ਆ ਤਾਂ ਫਿਰ ਪਾਸੇ ਹੁੰਦੇ ਆ ਮਤਲਬ ਸੱਤਾ ਦਾ ਪੂਰਾ ਫਾਇਦਾ ਜਿਹੜਾ ਉਠਾਇਆ ਜਾ ਰਿਹਾ ਆਪਣੇ ਉਹ ਖਿਲਾਫ ਉੱਠ ਰਿਹਾ ਸਵਾਲਾਂ ਨੂੰ ਦਬਾਉਣ ਲਈ ਲੋਕ ਸਭਾ ਚੋਣਾਂ ਦੇ ਦੌਰਾਨ ਪ੍ਰਚਾਰ ਕਰ ਰਹੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹਲਕਾ ਬਡਲਾੜਾ ਚ ਜਾਂਦੇ 18 ਤਰੀਕ ਨੂੰ ਤੇ ਉੱਥੇ ਕੁਝ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਉਹ ਪਿੰਡ ਕਿਹੜਾ ਹੈ ਔਰ ਵਿਰੋਧ ਕਿਉਂ ਕੀਤਾ ਗਿਆ ਔਰ ਉਸ ਦਾ ਖਮਿਆਜਾ ਕੀ ਵਿਰੋਧ ਕਰਨ ਵਾਲਿਆਂ ਨੂੰ ਭੁਗਤਣਾ ਪਿਆ 8 ਜਣਿਆਂ ਤੇ ਬਾਈ ਨੇ ਪਰਚਾ ਹੋ ਗਿਆ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਬਣਾਉਣ ਵਿੱਚ ਐਮਪੀ ਚੋਣਾਂ ਵਿੱਚ ਮਦਦ ਕਰਦੇ ਰਹੇ ਆ ਲੋਕ ਜਿਹਦੇ ਵਿੱਚ ਖਾਸ ਕਰਕੇ ਇੱਕ ਹਰਜੀਵਨ ਸਿੰਘ ਜਿਸ ਉੱਤੇ ਪਰਚਾ ਹੋਇਆ ਇਹ ਪਰਚਾ ਕਿਉਂ ਕਰਵਾਇਆ ਗਿਆ ਕਿਸ ਦੇ ਉੱਤੇ ਦੋਸ਼ ਲੱਗ ਰਹੇ ਨੇ ਤੇ ਇਸ ਦੇ ਉੱਤੇ ਹਲਕਾ ਬੁਢਲਾਡਾ ਦੇ ਐਮਐਲਏ ਪ੍ਰਿੰਸੀਪਲ ਬੁੱਧਰਾਮ ਤੇ ਕਾਰਜਕਾਰੀ ਪ੍ਰਧਾਨ ਵੀ ਨੇ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਕੀ ਸਟੈਂਡ ਹੈ ਕਿ ਇਸ ਨੂੰ ਤੇ ਕਹਿਣਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਮੇਰੇ ਨਾਲ ਨੇ ਮਨਿੰਦਰਜੀਤ ਸਿੰਘ ਸਿੱਧੂ ਅਸੀਂ ਗੱਲਬਾਤ ਕਰਦੇ ਆ ਆ ਸਭ ਤੋਂ ਪਹਿਲਾਂ ਤੇ ਇਸ ਪਰਚੇ ਦੀ ਜਾਣਕਾਰੀ ਅੱਜ ਨਿਕਲ ਕੇ ਆਈ ਹੈ ਹੈਰਾਨੀ ਦੀ ਗੱਲ ਇਹ ਵੀ ਆ 18 ਤਰੀਕ ਦਾ ਇਹ ਮਸਲਾ ਹੋ ਗਿਆ ਉਹ ਪਿੰਡ ਕਿਹੜਾ ਸੀ ਔਰ ਪਰਚਾ ਕਰਨ ਦਾ ਕਾਰਨ ਕੀ ਸਾਹਮਣੇ ਨਿਕਲ ਕੇ ਆ ਰਿਹਾ ਜਿਹੜੀ ਆਪਣੀ ਜਾਣਕਾਰਾਂ ਤੋਂ ਜਾਣਕਾਰੀ ਸਾਹਮਣੇ ਆਈ ਹੈ ਲੋਕ ਸਭਾ ਚੋਣਾਂ ਜਿਵੇਂ ਤੁਸੀਂ ਦੱਸਿਆ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਹੈ ਜਗਾ ਜਗਾ ਦੇ ਉੱਤੇ ਜਿਹੜੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਜਾ ਰਹੇ ਹੈ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕੋਈ ਪਹਿਲਾ ਵਿਰੋਧ ਨਹੀਂ ਹਰ ਜਗ੍ਹਾ ਵਿਰੋਧ ਹੁੰਦਾ ਹੈ ਇਹ ਪਿੰਡ ਬਰੇ ਹੈ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਬੋਹਾ ਥਾਣੇ ਦੇ ਵਿੱਚ ਪੈਂਦਾ ਹੈ ਜਿੱਥੇ ਗੁਰਮੀਤ ਸਿੰਘ ਖੁੱਡੀਆਂ ਜਾਂਦੇ ਹੈ ਉਹਨਾਂ ਨੂੰ ਸਵਾਲ ਖਾਸ ਕਰਕੇ ਉਹਨਾਂ ਨੂੰ ਨਹੀਂ ਜਿਹੜੇ ਲੋਕਾਂ ਨੂੰ ਜਾਣਕਾਰੀ ਮਿਲੀ ਆ ਕਿ ਉੱਥੇ ਪ੍ਰਿੰਸੀਪਲ ਬੋਧਰਾਮ ਨੂੰ ਸਵਾਲ ਕਰਨ ਲਈ ਕੁਝ ਲੋਕ ਪਹੁੰਚਦੇ ਆ ਜਿਨ੍ਹਾਂ ਦੇ ਵਿੱਚੋਂ 8 ਜਣਿਆਂ ਦੇ ਉੱਤੇ ਬਾਈ ਨੇਮ ਤੇ ਇੱਕ ਬਾਕੀ ਅਣਪਛਾਤੇ ਰੱਖ ਲਿਆ ਉਹ ਅਣਪਛਾਤੇ ਜਿੰਨੇ ਮਰਜ਼ੀ ਅੱਗੇ ਹੋ ਸਕਦੇ ਆ ਉੱਥੇ ਕੀ ਹੁੰਦਾ ਕਿ ਉਹ ਪਿੰਡ ਦੇ ਲੋਕ ਕਹਿੰਦੇ ਕਿ ਸਵਾਲ ਕਰਨ ਜਾਂਦੇ ਆ ਸਵਾਲ ਕਰਨ ਦੇ ਦੌਰਾਨ ਪਰਚੇ ਦੇ ਵਿੱਚ ਹੀ ਲਿਖਿਆ ਗਿਆ ਕਿ ਪੁਲਿਸ ਨਾਲ ਧੱਕਾ ਮੁਕੀ ਹੁੰਦੀ ਹੈ ਪੁਲਿਸ ਰੋਕਦੀ ਹੈ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਧੱਕਾ ਮੁਕੀ ਹੁੰਦੀ ਹੈ ਤੇ ਪੁਲਿਸ ਦੇ ਬਟਨ ਟੁੱਟ ਜਾਂਦੇ ਆ ਪੁਲਿਸ ਦੀ ਵਰਦੀ ਨੂੰ ਜਿਹੜੀ ਆ ਉਹ ਵਰਦੀ ਤੇ ਹੱਥ ਪਾਉਂਦੇ ਆ ਤੇ ਜਿਸ ਦੇ ਕਰਕੇ 353 ਤੇ ਕੁਝ ਹੋਰ ਧਰਾਮਾਂ ਲਾ ਕੇ ਉਹਨਾਂ ਤੇ ਪਰਚਾ ਦੇ ਦਿੱਤਾ ਜਾਂਦਾ ਜਦ ਆ ਇਸ ਮਾਮਲੇ ਸੰਬੰਧੀ ਪਿੰਡ ਵਾਸੀਆਂ ਨਾਲ ਗੱਲ ਕੀਤੀ ਪਿੰਡ ਦੇ ਮੋਤਵਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਤੋਂ ਜਾਣਕਾਰੀ ਲਈ ਕਿ ਕੀ ਮਾਮਲਾ ਹੋਇਆ ਉਹ ਕਹਿੰਦੇ ਜਿਹੜੇ ਇਹ ਪਰਚੇ ਦੇ ਵਿੱਚ 8 ਜਣਾਂ ਦੇ ਵਿੱਚ ਇੱਕ ਨਾਮ ਹੈ ਹਰਜੀਵਨ ਸਿੰਘ ਦਾ ਹਰਜੀਵਨ ਸਿੰਘ ਆਮ ਆਦਮੀ ਪਾਰਟੀ ਦਾ 2014 ਤੋਂ ਪਹਿਲਾਂ ਦਾ ਵਰਕਰ ਹੈ ਜਾਣੇ ਕਿ ਉਹ ਪਮਕੜ ਵੀ ਕਹਿ ਸਕਦੇ ਆ ਜਦੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਸੀ ਜਦ ਕੋਈ ਝੰਡਾ ਚੱਕਣ ਵਾਲਾ ਨਹੀਂ ਹੁੰਦਾ ਸੀ ਤਾਂ ਜਿਹੜੇ ਬੰਦੇ ਝੰਡਾ ਚੱਕਣ ਵਾਲੇ ਸੀ ਉਹਨਾਂ ਦੇ ਵਿੱਚ ਸੀ ਹਰਜੀਵਨ ਸਿੰਘ ਹਰਜੀਵਨ ਸਿੰਘ ਨੇ ਜਿਹੜੇ ਐ ਜਸਸੀ ਜੋ ਕਿ ਜਸਵੀਰ ਜਸਸੀ ਸੀ ਹਾਂ ਉਹ ਉਹਨਾਂ ਦੀ ਉਹਨਾਂ ਦੀ ਚੋਣ ਪ੍ਰਚਾਰ ਵੀ ਕੀਤਾ 2014 ਦੇ ਵਿੱਚ ਲੋਕ ਸਭਾ ਦੇ ਵਿੱਚ ਫਿਰ 2017 ਦੇ ਵਿੱਚ ਉਹਨਾਂ ਨੇ ਪ੍ਰਿੰਸੀਪਲ ਬਧਰਾਮ ਦਾ ਚੋਣ ਪ੍ਰਚਾਰ ਕੀਤਾ ਫਿਰ 2019 ਦੇ ਵਿੱਚ ਉਹਨਾਂ ਨੇ ਬੀਬਾ ਬਲਜਿੰਦਰ ਕੌਰ ਦਾ ਜਿਹੜਾ ਚੋਣ ਪ੍ਰਚਾਰ ਕੀਤਾ ਤੇ 2022 ਚ ਵੀ ਦੇ ਹੈ ਕਿ ਉਹ ਪ੍ਰਿੰਸੀਪਲ ਬੌਧਰਾਮ ਦੇ ਵੀ ਪ੍ਰਚਾਰ ਦੇ ਵਿੱਚ ਪੂਰਾ ਯੋਗਦਾਨ ਪਾਇਆ ਤੇ ਇੱਥੇ ਤੱਕ ਵੀ ਕੀ ਹੈ ਕਿ ਉਹ ਬਲਾਕ ਪ੍ਰਧਾਨ ਵੀ ਸੀ ਆਮਦਮੀ ਪਾਰਟੀ ਦੇ ਪਰ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹ ਹੈ ਕਿ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਵਾਸੇ ਕਰ ਦਿੱਤਾ ਗਿਆ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਜ਼ਿਲ੍ਹਾ ਪ੍ਰਧਾਨ ਨੂੰ ਉਹ ਜ਼ਿਲ੍ਹਾ ਪ੍ਰਧਾਨ ਨੇ ਪਾੜ ਦਿੱਤਾ ਉਹ ਕਹਿੰਦੇ ਆ ਤੇ ਜਿਹੜੇ ਪ੍ਰਿੰਸੀਪਲ ਬੁੱਧਰਾਮ ਹੈ ਉਹਦੀ ਵਟਸਐਪ ਕਾਪੀ ਸਾਂਭੀ ਹੋਈ ਸੀ ਕਿ ਜੇ ਕੋਈ ਪੁੱਛੂਗਾ ਤਾਂ ਕਹਿ ਦਾਂਗੇ ਕਿ ਇਹ ਪਾਰਟੀ ਚੋਂ ਕੱਢੇ ਹੋਏ ਆ ਤੇ ਉਹਦੇ ਚੱਲਦੇ ਆ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦਾ ਗੁੱਸਾ ਕਹਿੰਦੇ ਕਿ ਪ੍ਰਿੰਸੀਪਲ ਬੁੱਧਰਾਮ ਨਾਲ ਇਹੀ ਸੀ ਕਿ ਪਿੰਡ ਦੇ ਵਿੱਚ ਇੱਕ ਸੜਕ ਹੈ ਜਿਹੜੀ ਤੇ ਕਿ ਪਾਣੀ ਖੜ ਜਾਂਦਾ ਸੀਵਰੇਜ ਦਾ ਗੰਦਾ ਆ ਕੇ ਛੱਪੜ ਦਾ ਓਵਰਫਲੋ ਹੋ ਕੇ ਤੇ ਉੱਥੋਂ ਦੀ ਪੜਨ ਵਾਲੀਆਂ ਕੁੜੀਆਂ ਨੇ ਵੀ ਲੰਘਣਾ ਹੁੰਦਾ ਲੋਕਾਂ ਨੇ ਵੀ ਲੰਘਣਾ ਹੁੰਦਾ ਤੇ ਉਹ ਵੀਡੀਓ ਵੀ ਵਾਕਈ ਨੈਟ ਦੇ ਉੱਤੇ ਗੰਧ ਖੜਾ ਹੈ ਤੇ ਉਹਦੇ ਕਰਕੇ ਕਹਿੰਦੇ ਉਹ ਸਵਾਲ ਸੀ ਸਵਾਲ ਤੋਂ ਨਾਲ ਹੀ ਕੁਝ ਇਹ ਸਵਾਲ ਹੋਣਗੇ ਕਿ ਜਿਹੜਾ ਮੈਨੂੰ ਪਾਰਟੀ ਦੇ ਵਿੱਚੋਂ ਕਿਉਂ ਕੱਢਿਆ ਗਿਆ ਮੇਰਾ ਕਸੂਰ ਕੀ ਹੈ ਤੇ ਉਹਨਾਂ ਦੀ ਜੇ ਆਪਾਂ ਫੇਸਬੁੱਕ ਫਰੋਲ ਗਏ ਤਾਂ ਉੱਥੋਂ ਉਹਨਾਂ ਦਾ ਦਰਦ ਵੀ ਝਲਕਦਾ ਉਹ ਲਗਾਤਾਰ ਜਲੰਧਰ ਦੀ ਸੀਟ ਨੂੰ ਲੈ ਕੇ ਵੀ ਕਹਿੰਦੇ ਆ ਕਿ ਦੇਖੋ ਜੀ ਦਲ ਬਦਲੂਆਂ ਦਾ ਜੋਰ ਜਾਰੀ ਹੈ ਉਹਨਾਂ ਨੇ ਲਗਾਤਾਰ ਪੋਸਟਾਂ ਵੀ ਪਾਈਆਂ ਕਿ ਪਾਰਟੀ ਵੋਲੰਟੀਅਰਾਂ ਨੂੰ ਪਾਸੇ ਕਰਕੇ ਦਲ ਬਦਲੂਆਂ ਨੂੰ ਅੱਗੇ ਲਾ ਰਹੀ ਹੈ ਮਤਲਬ ਹਰ ਜੀਵਨ ਦੀਆਂ ਇਹਨਾਂ ਗੱਲਾਂ ਤੋਂ ਤੇ ਉਹਨਾਂ ਦੀ ਗਤੀਵਿਧੀ ਜਾਂ ਸਵਾਲ ਕਰਨ ਦੇ ਤਰੀਕੇ ਤੋਂ ਇੱਕ ਗੱਲ ਸਾਫ਼ ਸੀ ਕਿ ਪੁਰਾਣੇ ਪਾਰਟੀ ਦੇ ਜਿਹੜੇ ਵਲੰਟੀਅਰ ਆ ਜਾਂ ਜੜ ਲਾਉਣ ਵਾਲੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਉਹਨਾਂ ਵਿੱਚੋਂ ਇੱਕ ਸੀ ਉਹਨਾਂ ਨੂੰ ਗੁੱਸਾ ਸੀ ਕਿ ਨਾ ਤਾਂ ਟਿਕਟਾਂ ਵੰਡਣ ਵੇਲੇ ਇਤਿਹਾਾਰ ਰੱਖਿਆ ਜਾਂਦਾ ਪੁਰਾਣੇ ਵਰਕਰਾਂ ਦਾ ਵਲੰਟੀਅਰ ਦਾ ਤੇ ਨਾ ਹੀ ਜਦੋਂ ਕੋਈ ਸਵਾਲ ਕਰਦਾ ਜਾਂ ਪਿੰਡ ਦੇ ਕੰਮ ਕਰਾਉਣੇ ਹੁੰਦੇ ਆ ਤਾਂ ਉਦੋਂ ਵੀ ਨਹੀਂ ਖਿਆਲ ਰੱਖਿਆ ਜਾਂਦਾ ਇਸ ਕਰਕੇ ਸਵਾਲ ਕੀਤਾ ਤੇ ਉਸਤੇ ਬਲ ਦੇ ਉਲਟਾ ਜਿਹੜਾ ਪਰਚਾ ਮਿਲ ਗਿਆ ਬਿਲਕੁਲ ਵਰਕਰਾਂ ਨੂੰ ਦੇਖੋ ਮੈਂ ਐਮਐਲਏ ਚੌਣ ਜਿੱਦਾ ਜਿਤਾਉਂਦੇ ਕੌਣ ਆ ਵਰਕਰ ਪਿੰਡ ਦੇ ਵਿੱਚ ਲੋਕਾਂ ਨਾਲ ਵਾਅਦੇ ਕੌਣ ਕਰਦੇ ਆ ਵਰਕਰ ਸਰਕਾਰ ਉੱਤੇ ਬੈਠੀਆਂ ਜੋ ਮਰਜ਼ੀਆਂ ਗਾਰੰਟੀ ਦੇ ਦੇ ਪਿੰਡ ਦੇ ਲੋਕ ਕੀ ਕਹਿੰਦੇ ਹੁੰਦੇ ਮੈਂ ਤੈਨੂੰ ਫੜ ਲੈਣਾ ਜੇ ਕੰਮ ਨਾ ਹੋਇਆ ਇਹ ਸਵਾਲ ਸਿੱਧਾ ਹੁੰਦਾ ਜਦੋਂ ਪਿੰਡ ਦੇ ਵਿੱਚ ਕੰਮ ਨਹੀਂ ਹੁੰਦੇ ਵਰਕਰ ਤੇ ਲੋਕ ਗੁੱਸਾ ਕਰਦੇ ਆ ਵਰਕਰ ਕਿਹਦੇ ਕੋਲੇ ਜਾਵੇ ਵਰਕਰ ਲੀਡਰ ਕੋਲ ਜਾਂਦਾ ਤੇ ਜਦੋਂ ਚੋਣਾਂ ਜਿੱਤ ਜਾਂਦਾ ਲੀਡਰ ਕੱਲੇ ਪ੍ਰਿੰਸੀਪਲ ਬੋਧਰਾਮ ਦੀ ਗੱਲ ਨਹੀਂ ਜਦੋਂ ਚੋਣਾਂ ਜਿੱਤ ਜਾਂਦਾ ਲੀਡਰ ਫਿਰ ਉਹਨਾਂ ਨੂੰ ਆਇਆ ਲੱਗਦਾ ਯਾਰ ਵੀ ਇਹ ਤਾਂ ਪਕਾਈ ਮਾਰਦੇ ਫਿਰਦੇ ਆ ਅਕਸਰ ਹੀ ਲੀਡਰਾਂ ਦੀ ਚਾਹੇ ਕਿਸੇ ਪਾਰਟੀ ਦਾ ਵੀ ਹੋਵੇ ਯਾਰ ਤੂੰ ਤਾਂ ਨੇਤੀ ਮੂੰਹ ਚਾਕੇ ਤੁਰਿਆ ਹਣਾ ਹੁਣ ਤੇਰੇ ਪਿੰਡ ਦੇ ਕੰਮ ਹੀ ਕਰਾਈ ਚੱਲੀ ਗਏ ਇਹ ਆਮ ਹੀ ਸ਼ਬਦ ਤੇ ਰਹਿੰਦਾ ਖੁੰਦਾ ਜਿਹੜਾ ਆਮ ਆਦਮੀ ਪਾਰਟੀ ਆਪ ਦੇ ਵਰਕਰਾਂ ਨੂੰ ਆਪ ਦੇ ਵਲੰਟੀਅਰਾਂ ਨੂੰ ਆਪ ਦੇ ਭਮਕੜਾ ਨੂੰ ਅਹੁਦੇ ਦੇਣ ਦੀ بجائے ਟਿਕਟਾਂ ਦੇਣ ਦੀ بجائے ਜਦੋਂ ਬਾਹਰ ਲਿਆ ਨੂੰ ਪ੍ਰਧਾਨ ਗਿਆ ਬਾਹਰ ਲਿਆ ਨੂੰ ਟਿਕਟਾਂ ਬਾਹਰ ਲਿਆ ਨੂੰ ਜਿਹੜੇ ਆ ਉਹ ਚੰਗੇ ਉਹਨਾਂ ਤੇ ਬਰਾਜਮਾਨ ਕਰਦੀ ਹੈ ਤਾਂ ਕੁਦਰਤੀ ਗੱਲ ਹੈ ਜਿਹੜੇ ਬੰਦੇ ਨੇ 2014 ਤੋਂ ਲੈ ਕੇ ਤੇ 2022 ਤੱਕ 8 ਸਾਲ ਲਗਾਤਾਰ ਇਹ ਇੰਤਜ਼ਾਰ ਕੀਤਾ ਹੋਵੇ ਕਿ ਸਰਕਾਰ ਆਊਗੀ ਚਲੋ ਉਸ ਸਮੇਂ ਕੋਈ ਚਲੋ ਹਰੇਕ ਬੰਦੇ ਦੀ ਇੱਕ ਇੱਛਾ ਹੁੰਦੀ ਹੈ ਕਿਸੇ ਵੀ ਪਾਰਟੀ ਦਾ ਹੋਵੇ ਕਿ ਸਰਕਾਰ ਆਊਗੀ ਕੋਈ ਚਲੋ ਬੰਦਾ ਮਾਨ ਸਨਮਾਨ ਮਿਲੇਗਾ ਪਰ ਜਦੋਂ ਅੱਗੇ ਲਿਆ ਕੇ ਕੋਈ ਹੋਰ ਬੰਦੇ ਲਾਤ ਤੇ ਜਾਂਦੇ ਆ ਤਾਂ ਉੱਥੇ ਉਹਦਾ ਦਿਲ ਜ਼ਰੂਰ ਟੁੱਟਦਾ ਉੱਥੇ ਸੱਟ ਜ਼ਰੂਰ ਵੱਜਦੀ ਹੈ ਹਰਜੀਵਨ ਸਿੰਘ ਅੱਗੇ ਹੋਰ ਬਹੁਤ ਸਾਰੇ ਹੋਣਗੇ ਫਿਰ ਇਸ ਤਰ੍ਹਾਂ ਦੇ ਭਮਾਕੜ ਜਾਂ ਵਲੰਟੀਅਰ ਜਿਹੜੇ ਪਛਤਾ ਰਹੇ ਹੋਣਗੇ ਕਿ ਅਸੀਂ ਤੇ ਕਿਹੜੇ ਪਾਸੇ ਪੰਗਾ ਜਾਂ ਕਿਹੜਾ ਰਾਖ ਤਿਆਰ ਕਰ ਲਿਆ ਕਿਉਂਕਿ ਜਿੱਥੇ ਉਹ ਅਹੁਦੇਦਾਰੀ ਦੀ ਉਹਨਾਂ ਨੂੰ ਆਸ ਸੀ ਉਮੀਦ ਸੀ ਕਿ ਮਿਲੇਗੀ ਉਹਦੇ ਬਦਲੇ ਤੇ ਪਰਚਾ ਮਿਲ ਗਿਆ ਔਰ 19 ਤਰੀਕ ਨੂੰ ਪਰਚਾ ਹੋਇਆ ਜਿਵੇਂ ਤੁਸੀਂ ਦੱਸਿਆ ਕਾਫੀ ਆਰ ਚ ਲਿਖਿਆ ਪੁਲਿਸ ਦੀ ਵਰਦੀ ਨੂੰ ਹੱਥ ਪੈਂਦਾ ਹੈ ਵਰਦੀ ਦੇ ਬਟਨ ਟੁੱਟਦੇ ਆ ਔਰ ਬਹੁਤ ਕੁਝ ਕਿ ਹੱਥੋਂ ਪਾਈ ਹੋ ਜਾਂਦੀ ਹੈ ਪਰ ਪਿੰਡ ਆੜਿਆਂ ਦੀ ਮੰਨੀ ਹੈ ਜਾਂ ਫਿਰ ਐਮਐਲਏ ਨਾਲ ਤੁਹਾਡੀ ਗੱਲਬਾਤ ਹੋਈ ਉਹ ਕੀ ਕਹਿੰਦੇ ਆ ਐਮਐਲਏ ਸਾਹਿਬ ਨਾਲ ਜਿਹੜੀ ਗੱਲ ਪੰਡ ਵਾਲਿਆਂ ਦੀ ਗੱਲ ਤਾਂ ਆਪਾਂ ਰੱਖੀ ਆ ਉਹ ਕਹਿੰਦੇ ਪਰਚਾ ਝੂਠਾ ਹੈ ਨਾ ਕੋਈ ਵਰਦੀ ਪਾੜੀ ਹੈ ਨਾ ਕੋਈ ਕੁਸ਼ ਉਹ ਕਹਿੰਦੇ ਐਡੇ ਕੋਈ ਵੀ ਨਹੀਂ ਪਾਗਲ ਹੁੰਦਾ ਕਿ ਕੋਈ ਪੁਲਿਸ ਦੀ ਵਰਦੀ ਨੂੰ ਹੱਥ ਪਾਵੇਗਾ ਤੇ ਨਾ ਐਡਾ ਬਾਕੀ ਉਹਨਾਂ ਦਾ ਇੱਕ ਸਪਸ਼ਟ ਹੋਰ ਕਹਿਣਾ ਹੈ ਕਿ ਅਸੀਂ ਖੁੱਡੀਆਂ ਸਾਹਿਬ ਦਾ ਬਿਲਕੁਲ ਵਿਰੋਧ ਨਹੀਂ ਕਰਦੇ ਸਾਡਾ ਖੁੱਡੀਆਂ ਸਾਹਿਬ ਨਾਲ ਬਿਲਕੁਲ ਗੁੱਸਾ ਨਹੀਂ ਉਹ ਦਰਵੇਸ਼ ਬੰਦੇ ਆ ਉਹ ਦਰਵੇਸ਼ ਸ਼ਾਫਦਾਨਾ ਸ਼ਰੀਫ ਬੰਦੇ ਆ ਸਾਡੇ ਪੰਡ ਪ੍ਰਚਾਰ ਕਰਨ ਆਏ ਆ ਆਏ ਅਸੀਂ ਉਸ ਤੋਂ ਪਹਿਲਾਂ ਵੀ ਪ੍ਰਿੰਸੀਪਲ ਬੋਧਰਾਮ ਨੂੰ ਸੁਨੀਹਾ ਲਾਇਆ ਸੀ ਕਿ ਕਰੀ ਸਾਡੇ ਨਾਲ ਪਾਸੇ ਬਹਿ ਕੇ ਗੱਲ ਕਰ ਲੋ ਜਿਹੜੀ ਵੀ ਸਾਡੇ ਮੁੱਦੇ ਆ ਤਾਂ ਕਹਿੰਦੇ ਉਹਨਾਂ ਨੇ ਪਾਸੇ ਆਉਣ ਦੀ ਬਜਾਏ ਤੇ ਉਹ ਉੱਥੇ ਸਾਨੂੰ ਮਜਬੂਰੀ ਵਾਸਤੇ ਉੱਥੇ ਜਾਣਾ ਪਿਆ ਹੁਣ ਜਿਹੜੇ ਪ੍ਰਿੰਸੀਪਲ ਬੋਧਰਾਮ ਕਹਿੰਦੇ ਆ ਉਹ ਉਹਨਾਂ ਨੂੰ ਅਸੀਂ ਫੋਨ ਲਾਇਆ ਪਹਿਲਾਂ ਤਾਂ ਅਸੀਂ ਫੋਨ ਲਾ ਕੇ ਪੁੱਛਿਆ ਕਿ ਸਾਰ ਐਂ ਕਰਕੇ ਬਰੇ ਪਿੰਡ ਦੇ ਵਿੱਚ ਪਰਚਾ ਹੋਇਆ ਅਸੀਂ ਇਹ ਨਹੀਂ ਕਿਹਾ ਕਿ ਕਿਹਨੇ ਕਰਵਾਇਆ ਉਹ ਆਪਦੀ ਆਪ ਹੀ ਕਹਿੰਦੇ ਕਿ ਇਹ ਪਰਚਾ ਅਸੀਂ ਨਹੀਂ ਕਰਵਾਇਆ ਗਿਆ ਇਹ ਪਰਚਾ ਤਾਂ ਪੁਲਿਸ ਨੇ ਕੀਤਾ ਹੈ ਉੱਥੇ ਪੁਲਿਸ ਨਾਲ ਹੱਥੇਪਾਈ ਹੋਇਆ ਮਤਲਬ ਕਿਤੇ ਨਾ ਕਿਤੇ ਪ੍ਰਿੰਸੀਪਲ ਸਾਹਿਬ ਵੀ ਥੜਕਦੇ ਨਜ਼ਰ ਆ ਰਹੇ ਸੀ ਹਾਲਾਂਕਿ ਉਹਨਾਂ ਦਾ ਪੱਖ ਮਜ਼ਬੂਤ ਹੋ ਸਕਦਾ ਉਹਨਾਂ ਦੀ ਗੱਲ ਸਹੀ ਹੋ ਸਕਦੀ ਹੈ ਪਰ ਕਿਤੇ ਨਾ ਕਿਤੇ ਜੇ ਗੱਲ ਕਰਨ ਤੋਂ ਪਹਿਲੇ ਜਵਾਬ ਦੇ ਦੇਣਾ ਕਿ ਜਿਵੇਂ ਕੋਈ ਜਵਾਕ ਨੂੰ ਪੁੱਛਲੇ ਕਿ ਆ ਕਿਨੇ ਤੋੜਿਆ ਮੈਂ ਤਾਂ ਨਹੀਂ ਤੋੜਿਆਗਾ ਜੇ ਕੋਈ ਅੱਗੋਂ ਹੀ ਐ ਕਹੇ ਤਾਂ ਮਤਲਬ ਸ਼ੱਕ ਮਾਂ ਪੀ ਉਹਦਾ ਜਾਵਰਦਾ ਕਿ ਤੋੜਿਆ ਤੂੰ ਹੀ ਹੋਊਗਾ ਸੋ ਇਸ ਕਰਕੇ ਉੱਥੇ ਜਿਹੜੀ ਇਹ ਗੱਲ ਕਹਿ ਦੇਣੀ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਇਹ ਬੰਦਾ ਜਿਹੜਾ ਉੱਥੇ ਆਇਆ ਇਹਨੇ ਧੱਕ ਪਿੰਡ ਦੇ ਲੋਕਾਂ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਆ ਪਿੰਡ ਦੇ ਲੋਕਾਂ ਨੂੰ ਪੁੱਛੋ ਤੇ ਉਹਨਾਂ ਨੇ ਇਹ ਗੱਲ ਕਿਤੇ ਫਿਰ ਅਸੀਂ ਆਖਿਆ ਜੀ ਤਾਂ ਕਹਿੰਦੇ ਕਿ ਤੁਹਾਡਾ ਹੀ ਵਰਕਰ ਹੈ ਸਾਲ ਪਹਿਲਾਂ ਕੜਤਾ ਸੀ ਕਹਿੰਦੇ ਇਹ ਹੁਣ ਇਹ ਕਾਂਗਰਸ ਦਾ ਹੈ ਇਹ ਸਿਰਫ ਵਿਰੋਧ ਕਰਨ ਆਇਆ ਤੇ ਜਿਹੜੀ ਉਹਨਾਂ ਦੀ ਫੇਸਬੁੱਕ ਪ੍ਰੋਫਾਈਲ ਦੇਖੋਗੇ ਉੱਤੇ ਕਾਂਗਰਸ ਦੀ ਕੋਈ ਫੋਟੋ ਨਹੀਂ ਦਿਖਾਈ ਦਿੰਦੀ ਨਾ ਕਿਸੇ ਕਾਂਗਰਸ ਦੇ ਲੀਡਰ ਨਾਲ ਉਹਨਾਂ ਦੀ ਫੋਟੋ ਹੈ ਤੇ ਨਾ ਕੋਈ ਉਹ ਕਾਂਗਰਸੀ ਕਿਤੇ ਉਹਨਾਂ ਨੇ ਕੋਈ ਅਪਡੇਟ ਕੀਤਾ ਕਿ ਮੈਂ ਹੁਣ ਕਾਂਗਰਸ ਦੇ ਵਿੱਚ ਆ ਜਾਂ ਸ਼ਾਮਲ ਹੋ ਗਿਆ ਇਹ ਚੀਜ਼ ਉਹਨਾਂ ਦੀ ਫੇਸਬੁੱਕ ਪ੍ਰੋਫਾਈਲ ਤੋਂ ਨਹੀਂ ਮਿਲਦੀ ਜਿਹੜੇ ਐਮਐਲਏ ਸਾਹਿਬ ਉਹ ਇ ਬੋਲਨੀ ਪਰ ਜਿਵੇਂ ਹਰਜੀਵਨ ਸਿੰਘ ਨੇ ਛੱਡਿਆ ਐਵੇਂ ਦਾ ਹੀ ਇੱਕ ਬਠਿੰਡੇ ਜ਼ਿਲ੍ਹੇ ਦੇ ਹੋਰ ਐਮਐਲਏ ਨੇ ਉਹਨਾਂ ਦੇ ਪੀਏ ਵੀ ਇਹ ਕਹਿ ਕੇ ਪਾਰਟੀ ਛੱਡ ਗਈ ਸੀ ਕਿ ਹਾਲਾਂਕਿ ਸੱਤਾਧਾਰੀ ਐਮਐਲਏ ਦਾ ਪੀਏ ਹੋਣਾ ਮਤਲਬ ਕੀ ਹੈ ਕਿ ਸਾਰੀ ਗੱਲਬਾਤ ਉਹਨਾਂ ਹੀ ਕਰਨੀ ਹੁੰਦੀ ਹੈ ਉਹ ਜੇ ਪਾਰਟੀ ਹੈ ਕਿ ਕਹਿ ਕੇ ਛੱਡ ਜੇ ਕਿ ਮੇਰੇ ਪਿੰਡ ਦੇ ਕੰਮ ਨਹੀਂ ਹੋ ਰਹੇ ਇਸ ਕਰਕੇ ਮੈਂ ਪਾਰਟੀ ਛੱਡਦਾ ਆ ਮੇਰੇ ਨੇੜੇ ਪਿੰਡ ਅ ਜਲਾਲ ਉੱਥੋਂ ਦਾ ਇੱਕ ਜਿਹੜਾ ਆਮ ਆਦਮੀ ਪਾਰਟੀ ਦਾ ਬਹੁਤ ਮਿਹਨਤੀ ਵਰਕਰ ਚੰਗੇ ਅਹੁਦੇ ਤੇ ਐ ਉਹ ਵੀ ਆਮ ਆਦਮੀ ਪਾਰਟੀ ਖਿਲਾਫ ਇੱਕ ਧਰਨੇ ਤੇ ਬੈਠਾ ਸੀ ਕਹਿੰਦਾ ਮੇਰੇ ਪਿੰਡ ਦੇ ਕੰਮ ਨਹੀਂ ਹੋ ਰਹੇ ਮੈਂ ਜਾਵਾਂ ਕਿੱਧਰ ਸੋ ਇਸ ਕਰਕੇ ਇਹ ਹਰਜੀਵਨ ਸਿੰਘ ਇੱਕ ਨਹੀਂ ਹਰਜੀਵਨ ਸਿੰਘ ਕਈ ਕਈ ਹੈ ਪਰ ਸਭ ਤੋਂ ਵੱਡੀ ਗੱਲ ਸੰਦੀਪ ਜਿਹੜੀ ਨਿਕਲ ਕੇ ਆਉਂਦੀ ਹੈ ਕਿ ਜਿਹੜੇ ਭਮਕੜਾਣੇ ਸਰਕਾਰ ਬਣਾਈ ਬੇਸ਼ੱਕ ਸਾਲ ਪਹਿਲਾਂ ਪਾਰਟੀ ਚ ਘੜਤਾ ਪਰ 8 ਸਾਲ ਦਾ ਯੋਗਦਾਨ ਤਾਂ ਉਹ ਬੰਦਾ ਹੈ ਨਾ ਤੁਹਾਨੂੰ ਨਹੀਂ ਫਿੱਟ ਬੈਂਦਾ ਮੰਨ ਲਓ ਮੇਰੀ ਮੇਰੇ ਮੌਜੂਦਾ ਐਮਐਲਏ ਨਾਲ ਨਹੀਂ ਫਿੱਟ ਪਰ ਮੈਂ ਪਾਰਟੀ ਦਾ ਤਾਂ ਇੱਕ ਸਿਪਾਈ ਹੋ ਸਕਦਾ ਆਪਦੀ ਪਾਰਟੀ ਦੇ ਬੰਦਿਆਂ ਦੇ ਉੱਤੇ ਪਰਚਾ ਕਰਵਾਉਣ ਵਾਲੀ ਵੀ ਮੈਨੂੰ ਲੱਗਦਾ ਹੈ ਕਿ ਇਹ ਪਹਿਲੀ ਪਾਰਟੀ ਹੋਊਗੀ ਸਾਲਾਂ ਦਾ ਰਿਕਾਰਡ ਟੁੱਟ ਗਿਆ ਹਾਂ ਬਦਲਾ ਇਹੀ ਹੈ ਕਿ ਜੇਕਰ ਇਹ ਇੱਕ ਇਥੋਂ ਵਿਰੋਧੀਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਮਤਲਬ ਇਹ ਵਿਰੋਧੀਆਂ ਨੂੰ ਹੋ ਸਕਦਾ ਤੇ ਵੀ ਜੇ ਅਸੀਂ ਆਪਦੇ ਨਹੀਂ ਬਖਸ਼ਦੇ ਤਾਂ ਅਸੀਂ ਕਿਸੇ ਨੂੰ ਕੀ ਬਖਸ਼ਾਂਗੇ ਇਹ ਆਪਦੇ ਉਵੇਂ ਨਹੀਂ ਬਖਸ਼ੇ ਜਿਵੇਂ ਸਿੰਗਲਾ ਸਾਹਿਬ ਦੀ ਇੱਕ ਵੀਡੀਓ ਚਲਾ ਕੇ ਕਿ ਉਹ ਅਸੀਂ ਆਪਦੇ ਨਹੀਂ ਬਖਸ਼ੇ ਮੰਤਰੀ ਭ੍ਰਿਸ਼ਟਾਚਾਰ ਹੈ ਤੇ ਅੱਜ ਕੱਲ ਉਹ ਨਾਲ ਫਿਰ ਰਹੇ ਆ ਉਹ ਆਪਦੇ ਬਖਸ਼ੇ ਨਹੀਂ ਅਸਲ ਦੇ ਵਿੱਚ ਜਿਨ੍ਹਾਂ ਨੇ ਪਾਰਟੀ ਲਈ ਦਿੰਨ ਰਾਤ ਖੂਨ ਡੋਲਿਆ ਦਿਨ ਰਾਤ ਤੁਰੇ ਉਸ ਸਮੇ ਅਕਾਲੀ ਦਲ ਦੀ ਸੱਤਾ ਬੜੀ ਭਿਆਨਕ ਸੀ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਵੀ ਉਹ ਭਿੜੇ ਉਹ ਸਮਾਂ ਆ ਗਿਆ ਜਦੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਹੀ ਕੁਝ ਨਹੀਂ ਪੈਂਦੀਆਂ ਸੀ ਉਦੋਂ ਖੜੇ ਤੇ ਅੱਜ ਉਹਨਾਂ ਨੂੰ ਪਰਚੇ ਚ ਚੱਲਣੇ ਪੈ ਰਹੇ ਆ 8 ਬੰਦਿਆਂ ਦੇ ਪਰਚੇ ਹੋ ਗਏ 9 ਬਾਕੀ ਅਣਪਛਾਤੇ ਜਿਹਨੂੰ ਜੀ ਕੀਤਾ ਪੁਲਿਸ ਪਰਚੇ ਚ ਪਾ ਸਕਦੀ ਹੈ ਤੇ ਉਹ ਪੂਰਾ ਪਿੰਡ ਹੁਣ ਇਹ ਐਮਐਲਏ ਸਾਹਿਬ ਦੀ ਮੈਨੂੰ ਇਹ ਲੱਗਦਾ ਕਿ ਚਲੋ ਜੇ ਪਰਚਾ ਨਹੀਂ ਵੀ ਕਰਾਇਆ ਤਾਂ ਰੋਕ ਸਕਦੇ ਸੀ ਕਿ ਭਾਈ ਚਲੋ ਕੋਈ ਨਹੀਂ ਜੇ ਪੁਲਿਸ ਨਾ ਹੋਇਆ ਤਾਂ ਚਲੋ ਅਕਸਰ ਹੀ ਹੁੰਦਾ ਦੇਖੋ ਜੇ ਪੁਲਿਸ ਨਾ ਵੀ ਹੋ ਜੇ ਤਾਂ ਚਾਰ ਬੰਦੇ ਜਾਂਦੇ ਜੀ ਤੋਂ ਮਾਫੀ ਮੰਗਾ ਦਿੰਦੇ ਅਸੀਂ ਪਰ ਅੱਜਕੱਲ ਤਾਂ ਜਦੋਂ ਕਿਤੇ ਪ੍ਰਚਾਰ ਹੁੰਦਾ 20 20 25 25 ਮੋਬਾਈਲ ਉੱਤੇ ਲੱਗੇ ਹੁੰਦੇ ਆ ਵੀਡੀਓ ਬਣਾਉਣ ਦੇ ਲਈ ਇੱਕ ਅੱਧੀ ਵੀਡੀਓ ਤਾਂ ਹੋਣੀ ਚਾਹੀਦੀ ਹੈ ਜਿੱਥੇ ਪੁਲਿਸ ਦੀ ਵਰਦੀ ਪਾਟ ਰਹੀ ਹੈ ਔਰ 18 ਤਰੀਕ ਦਾ ਉਹ ਧਰਨਾ ਮਜਹਰਾ ਜਿਹੜਾ ਵੀ ਉਹਨਾਂ ਨੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ 19 ਤਰੀਕ ਦਾ ਪਰਚਾ ਦਰਜ ਹੋਇਆ ਔਰ 5 6 ਦਿਨ ਬਾਅਦ ਐਫ ਆਈ ਆਰ ਬਾਹਰ ਆ ਬਿਲਕੁਲ ਤੁਸੀਂ ਹਾਂ ਵਿਰੋਧ ਹੋਇਆ ਸਭ ਤੋਂ ਵੱਧ ਪੰਜਾਬ ਜੇ ਵਿਰੋਧ ਹੋਇਆ ਹਾਂਸਰਾਜਾਂਸਦਾ ਹੋਇਆ ਜੇ ਵਿਰੋਧ ਦੀ ਰਿਕਾਰਡ ਕੱਢਣਾ ਹੋਵੇ ਬੀਜੇਪੀ ਦੇ ਲੀਡਰ ਦਾ ਮੈਂ ਲਗਭਗ ਹਰ ਜੇ ਮੈਂ ਕਹਾਂ 10 ਵਿਰੋਧ ਹੋਇਆ ਤੁਸੀਂ 5 ਕਵਰ ਕੀਤੇ ਆ ਅੱਜ ਤੱਕ ਕਿਤੇ ਵੀ ਪੁਲਿਸ ਦੀ ਵਰਦੀ ਨੂੰ ਕਿਸੇ ਜਿਹੜੇ ਵਿਰੋਧ ਕਰਨ ਗਏ ਉਹਨਾਂ ਨੇ ਹੱਥ ਨਹੀਂ ਲਾਇਆ ਠੀਕ ਆ ਪਰਸਨਾ ਭਿੜਦੇ ਆ ਪੁਲਿਸ ਰੋਕਦੀ ਆ ਖੜੇ ਰਹਿੰਦੇ ਆ ਐ ਕਰਦੇ ਆ ਕਿਉਂਕਿ ਉਹ ਪੁਲਿਸ ਨੂੰ ਵੀ ਇਹ ਕਹਿੰਦੇ ਕਿ ਥੋੜਾ ਤਾਂ ਸਾਡੇ ਨਾਲ ਕੋਈ ਰੌਲਾ ਹੀ ਨਹੀਂ ਪੁਲਿਸ ਵੀ ਇਹ ਕਹਿੰਦੀ ਥੋੜਾ ਮਤਲਬ ਜਿਹੜੀ ਇਹ ਵਰਦੀ ਪਾੜਨ ਵਾਲੀ ਗੱਲ ਹੈ ਇੱਥੇ ਇੱਕ ਸਵਾਲ ਜ਼ਰੂਰ ਉੱਠਦਾ ਹੈ ਇਹ ਅਕਸਰੀ ਵਾਦੀ ਵਰਦੀ ਪਾੜਨ ਵਾਲੀਆਂ ਗੱਲਾਂ ਉਦੋਂ ਹੀ ਹੁੰਦੀਆਂ ਹੁੰਦੀਆਂ ਜਦੋਂ ਪਰਚਾ ਕਰਵਾਉਣਾ ਹੋਵੇ ਅਸੀਂ ਫਿਰ ਵੀ ਨਹੀਂ ਕਹਿੰਦੇ ਕਿ ਇਹ ਗੱਲ ਝੂਠੀ ਹੋ ਗਈ ਪੁਲਿਸ ਨੇ ਪਰਚਾ ਕੀਤਾ ਹੋ ਸਕਦਾ ਚਚਾਈ ਹੋਵੇ ਪਰ ਜਿਵੇਂ ਤੁਸੀਂ ਕਿਹਾ ਵੀਡੀਓ ਦੀਆਂ ਗੱਲਾਂ ਐਡੀ ਵਰਦੀ ਪਾਟੀ ਹੁੰਦੀ ਐਡਾ ਰੌਲਾ ਪਿਆ ਹੁੰਦਾ ਤਾਂ ਹੁਣ ਉਹ ਸੋਸ਼ਲ ਮੀਡੀਆ ਇੱਥੇ ਤਾਂ ਐਮਐਲਏ ਮੈਸਰਖਾਨਾ ਨੂੰ ਜਿਹੜੀਆਂ ਜਿਹੜੀ ਹੈ ਉਹਨਾਂ ਨੂੰ ਪਿਛਲੇ ਦਿਨੀ ਖੰਡ ਪਾਈ ਗਈ ਹੈ ਉਹਦੀਆਂ ਵੀਡੀਓ ਦੇਖੋ ਸਾਰਿਆਂ ਸਾਹਮਣੇ ਆ ਜਦੋਂ ਇੱਕ ਔਰਤ ਨੇ ਇਹ ਕਹਿ ਦਿੱਤਾ ਕਿ ਬੋਲਣ ਲੱਗੇ ਬੋਲ ਬੋਲ ਝੂਠ ਬੋਲ ਬੋਲ ਝੂਠ ਮਤਲਬ ਤਾਂ ਜੇ ਇੰਨੀ ਵਰਦੀ ਪਾੜੀ ਹੁੰਦੀ ਤਾਂ ਉਹ ਵੀ ਸਾਹਮਣੇ ਆ ਜਾਂਦੀ ਪਰ ਇਥੋਂ ਜਿਹੜੇ ਆਮ ਆਦਮੀ ਪਾਰਟੀ ਦੇ ਭਮੱਕੜ ਵਰਕਰ ਹੈ ਉਹਨਾਂ ਨੇ ਵੀ ਸਮਝ ਲਾ ਜਾਈਦਾ ਕਿ ਆਪਦੇ ਐਮਐਲਏ ਨਾਲ ਹਸਾਬ ਨਾ ਰੋ ਠੀਕ ਹੈ ਜੇ ਕਿਤੇ ਭਾਈ ਤੁਸੀਂ ਐਮਐਲਏ ਤੇ ਗੁੱਸਾ ਕੀਤਾ ਤਾਂ ਅਸੀਂ ਨਹੀਂ ਕਹਿੰਦੇ ਕਿ ਉਹ ਝੂਠਾ ਹੈ ਪਰ ਪਰਚਾ ਹੋ ਸਕਦਾ ਠੀਕ ਹੈ ਤੁਹਾਡੇ ਤੇ ਵਰਦੀ ਪਾਣ ਦਾ ਵੀ ਹੋ ਸਕਦਾ ਤੁਹਾਡੇ ਤੇ ਐਮਐਲਏ ਦੀ ਸਿਕਿਉਰਟੀ ਦੇ ਵਿੱਚ ਵਿਗੜਨ ਪਾਉਣ ਦਾ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਇਤੋਂ ਪਹਿਲਾਂ ਵਿਰੋਧੀ ਬੜੇ ਕਰਲਾਉਂਦੇ ਰਹੇ ਕਿ ਪਰਚੇ ਬੜੇ ਝੂਠੇ ਕਰ ਰਿਹਾ ਜੀ ਸਿਆਸੀ ਬਦਲਾਖੋਰੀ ਹੈ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਥੱਲੇ ਤੱਕ ਸਾਰੇ ਲੀਡਰਾਂ ਨੇ ਆਖਿਆ ਕਿ ਅਸੀਂ ਤਾਂ ਝੂਠੇ ਪਰਚੇ ਕਰਦੇ ਨਹੀਂ ਔਰ ਅਗਲੀ ਗੱਲ ਇਹ ਆ ਕਿ ਜੇ ਪਰਚੇ ਝੂਠੇ ਸੱਚੇ ਆ ਜਿਵੇਂ ਵੀ ਹੋ ਰਿਹਾ ਜਾਏ ਇਹ ਪਰਚਾ ਹੋਇਆ ਇਹਦਾ ਇਲੈਕਸ਼ਨ ਹੱਲੇ ਪਏ ਆ 4 ਦਿਨ ਅਸਰ ਕੀ ਹੋਏਗਾ ਇਹਦੇ ਨਾਲ ਵੋਟਾਂ ਦਾ ਫਰਕ ਤੇ ਉਲਟਾ ਇਹਨਾਂ ਨੂੰ ਡੈਂਟ ਪੈ ਸਕਦਾ ਦੇਖੋ ਖੁੱਡੀਆਂ ਸਾਭ ਦੀ ਕੈਂਪੇਨ ਚੱਲ ਰਹੀ ਹੈ ਖੁੱਡੀਆਂ ਇਹਦਾ ਅਸਰ ਕੀ ਤੇ ਪੈਣਾ ਖੁੱਡੀਆਂ ਸਾਭ ਤੇ ਇਲੈਕਸ਼ਨ ਚੱਲ ਰਿਹਾ ਹੈ ਮਾਨ ਸਾਹਿਬੇ ਜੋਰ ਲਾਉਂਦੇ ਆ ਰੋਡ ਸ਼ੋਅ ਕਰਦੇ ਆ ਲੋਕਾਂ ਨੂੰ ਤਿਆਰ ਕਰਦੇ ਆ ਕਿਕਲੀਆਂ ਸੁਣਾਉਂਦੇ ਆ ਤੀਰ ਕਮਾਨ ਚੋਂ ਛੱਡਦੇ ਆ ਸਾਰਾ ਕੁਝ ਕਰਦੇ ਆ ਇਹ ਸਾਰਾ ਕੁਝ ਕਰਕੇ ਉਹ ਲੋਕਾਂ ਚ ਇੱਕ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹਨਾਂ ਦੇ ਐਮਐਲਿਆਂ ਵੱਲੋਂ ਕੀਤੀ ਇੱਕ ਨਿੱਕੀ ਜੀ ਗਲਤੀ ਉਹ ਸਾਰੀ ਲਹਿਰ ਨੂੰ ਪਾਸੇ ਕਰਕੇ ਰੱਖ ਦਿੰਦੀ ਹੈ ਪਰਚਾ ਬਰੇ ਦੇ ਵਿੱਚ ਹੋਇਆ ਪਰ ਇਹਦੇ ਸਿੱਟੇ ਕਿੱਥੋਂ ਤੱਕ ਜਾਣੇ ਆ ਪੂਰੇ ਬੜਾ ਢਾਡੇ ਹਲਕੇ ਦੇ ਵਿੱਚ ਸਿੱਟੇ ਜਾਣੇ ਆ ਕਿਉਂਕਿ ਜਿੱਥੇ-ਜਿੱਥੇ ਵੀ ਇਹਨਾਂ ਦੇ ਐਮਐਲਿਆਂ ਨੇ ਕਿਸੇ ਨਾ ਕਿਸੇ ਤੇ ਪਰਚੇ ਕਰਾਏ ਆ ਉਹ ਪੂਰੇ ਦੇ ਪੂਰੇ ਪੈਂਡੀ ਉਲਟ ਹੋ ਗਿਆ ਕਿਉਂਕਿ ਪੰਜਾਬ ਹੈ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਪੰਜਾਬ ਕਿਸੇ ਤੇ ਵੀ ਹੋ ਰਿਹਾ ਜ਼ੁਲਮ ਚਾਹੇ ਉਹ ਕਿਸੇ ਤੇ ਵੀ ਹੋ ਰਿਹਾ ਕਿਸੇ ਨਾ ਵੀ ਹੋ ਰਿਹਾ ਤੱਕਾ ਪੰਜਾਬ ਕਦੇ ਬਰਦਾਸ਼ਤ ਨਹੀਂ ਕਰਦਾ ਪੰਜਾਬ ਦੇ ਲੋਕਾਂ ਦੀ ਇਹ ਫਿਤਰਤ ਹੈ ਕਿ ਬੰਦਾ ਭਾਵੇਂ ਇਹ ਇਹ ਦੇਖਦਾ ਕਿ ਤੱਕਾ ਭਾਵੇਂ ਬੰਦਾ ਗਲਤੀ ਹੋਵੇ ਇਹ ਦੇਖਦਾ ਕਿ ਤੱਕਾ ਕਰ ਕੌਣ ਰਿਹਾ ਜੇ ਤਾਕਤਵਰ ਤੱਕਾ ਕਰ ਰਿਹਾ ਹੈ ਬੇਸ਼ੱਕ ਉਹ ਬੰਦਾ ਗਲਤੀ ਹੈ ਪਰ ਯਾਰ ਗਲਤ ਹੈ ਤੂੰ ਤੱਕਾ ਨਹੀਂ ਇੱਥੇ ਕਰ ਸਕਦਾ ਇਹਨੂੰ ਸਮਝਾ ਲਾ ਬੁਝਾ ਲਾ ਰੋਕ ਲਾ ਜਿਉਂ ਅੱਠ ਬੰਦੇ ਇੱਕ ਪਿੰਡ ਦੇ ਦੇਖੋ ਅੱਠਾਂ ਨੇ ਤਾਂ ਵਰਦੀਆਂ ਇਕੱਠੀਆਂ ਨਹੀਂ ਪਾੜਦੀਆਂ ਹੋਣੀਆਂ ਠੀਕ ਹੈ ਉਹ ਅੱਠਾਂ ਬੰਦਿਆਂ ਨੂੰ ਬਿਠਾ ਕੇ ਸਮਝਾਇਆ ਵੀ ਜਾ ਸਕਦਾ ਸੀ ਬੁਝਾਇਆ ਵੀ ਜਾ ਸਕਦਾ ਸੀ ਕਿ ਭਾਈ ਤੁਸੀਂ ਅੱਗੇ ਤੋਂ ਯਾਰ ਜੇ ਵਿਰੋਧ ਕਰਨਾ ਹੁੰਦਾ ਤੁਸੀਂ ਉੱਥੇ ਖੜ੍ਹ ਜਾ ਕਰੋ ਜੇ ਤੁਹਾਡੇ ਪਿੰਡ ਦੇ ਵਿੱਚ ਆਉਣੇ ਆ ਤਾਂ ਤੁਸੀਂ ਇਸ ਤਰੀਕੇ ਨਾਲ ਨਾ ਕਰਿਆ ਕਰੋ ਤੁਸੀਂ ਇਸ ਤਰੀਕੇ ਨਾਲ ਦੇਖੋ ਪੁਲਿਸ ਵੀ ਕਹਿ ਸਕਦੀ ਹੈ ਸਾਨੂੰ ਵੀ ਸਮੱਸਿਆ ਆਉਂਦੀ ਹੈ ਮੰਤਰੀ ਸਾਹਿਬ ਨੂੰ ਵੀ ਸਮੱਸਿਆ ਆਉਂਦੀ ਹੈ ਐਮਐਲਏ ਸਾਹਿਬ ਨੂੰ ਵੀ ਸਮੱਸਿਆ ਆਉਂਦੀ ਹੈ ਪਰ ਸਿੱਧਾ ਹੀ ਪਾਸਾ ਕਰ ਦੇਣਾ ਹੂੰ ਸਿੱਧਾ ਹੀ ਕਹਿ ਦੇਣਾ ਕਿ ਬਸ ਇਹਨਾਂ ਤੇ ਠੋਕੋ ਇਹਨਾਂ ਨੂੰ ਅੰਦਰ ਇੱਕ ਗੱਲ ਲਾਹੌਰ ਜੁੜੀ ਇਹਦੇ ਨਾਲ ਕਿ ਵਿਰੋਧ ਕਰਨ ਦੀ ਗੱਲ ਕਹਿੰਦੇ ਕਿ ਸਭ ਤੋਂ ਵੱਡਾ ਕ੍ਰੈਡਿਟ ਅਜੇ ਤੱਕ ਲਿਆ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਗੱਲ ਕਰਨੀ ਸਿਖਾਈ ਆ ਲੋਕਾਂ ਨੂੰ ਕਿ ਲੀਡਰਾਂ ਨੂੰ ਸਵਾਲ ਕਿਵੇਂ ਪੁੱਛਣਾ ਹੈ ਹੁਣ ਜਦੋਂ ਸਵਾਲ ਖੁਦ ਨੂੰ ਹੋ ਰਿਹਾ ਹੈ ਤੇ ਬਰਦਾਸ਼ਤ ਕਰਨ ਦੀ ਸ਼ਕਤੀ ਬੜੀ ਘਟਦੀ ਜਾ ਰਹੀ ਹੈ ਦਿਨ-ਦਿਨ ਬਿਲਕੁਲ ਆਮ ਆਦਮੀ ਭਗਵਾਨ ਸਿੰਘ ਮਾਣੀ ਸੀ ਜਿਹੜੇ ਕਹਿੰਦੇ ਸੀ ਕਿ ਪਿੰਡ 'ਚ ਲੀਡਰ ਆਉਂਦਾ ਸਵਾਲ ਕਰੋ ਕੇਰੋ ਦੇਖੋ ਸਵਾਲ ਤਾਂ ਮਾਨ ਸਾਹਿਬ ਵੀ ਨਹੀਂ ਚੱਲ ਰਹੇ ਜੇ ਕਿਤੇ ਕੋਈ ਰੈਲੀ ਹੁੰਦੀ ਹੈ ਉਹਦੇ ਵਿੱਚ ਜੇ ਕਿਤੇ ਰੌਲਾ ਪਾਉਂਦੇ ਤਾਂ ਪੁਲਿਸ ਆਏ ਮੂੰਹ ਨਾਪ ਲੈਂਦੀ ਹੈ ਜਿਵੇਂ ਕਿ ਉਹ ਬਹੁਤ ਵੱਡੇ ਕਿਸੇ ਦੂਜੇ ਦੇਸ਼ ਦੇ ਬੰਦੇ ਇੱਥੇ ਆ ਗਏ ਹੋਣ ਮਤਲਬ ਸਵਾਲ ਕਹਿੰਦੇ ਜ਼ਰੂਰ ਹੈ ਪਰ ਜੇ ਕੋਈ ਕਾਰਨ ਆਉਂਦਾ ਉਹਦੇ ਨਾਲ ਭੈੜੀ ਬਹੁਤ ਹੁੰਦੀ ਹੈ ਹੁਣ ਵੀ ਆਹੀ ਹੋਇਆ ਜੇ ਕਹਿੰਦੇ ਕਿ ਸਵਾਲ ਕਰੋ ਕਰਮਜੀਤ ਅਨਮੋਲ ਨੂੰ ਸਵਾਲ ਕੀਤਾ ਪਿਛਲੇ ਦਿਨੀ ਉਹਨਾਂ ਨੂੰ ਪੁੱਛਿਆ ਕਿ ਜੀ ਤੁਸੀਂ ਨੌਕਰੀਆਂ ਕਹਿੰਦੇ ਸੀ ਨੌਕਰੀਆਂ ਕਿੱਥੇ ਆ ਕਹਿੰਦੇ ਤੇਰੇ ਵਰਗਿਆਂ ਨੂੰ ਨੌਕਰੀਆਂ ਮਿਲਣਗੀਆਂ ਪੜਿਆ ਲਿਖਿਆ ਨੂੰ ਮਿਲਣਗੀਆਂ ਉਹ ਕਹਿੰਦਾਈ ਮੈਂ ਬੀਟੈਕ ਐ ਫਿਰ ਬੀਟੈਕ ਦਾ ਟਾਪਰ ਹੈ ਤੂੰ ਹਾਂ ਠੀਕ ਹੈ ਟਾਪਰਾਂ ਨੂੰ ਮਿਲਦੀਆਂ ਤੇ ਤੈਨੂੰ ਕਿ ਬੋਲਣ ਦਾ ਢੰਗ ਦੇਖੋ ਇਹੀ ਪ੍ਰਿੰਸੀਪਲ ਸਾਹਬ ਦੇ ਨਾਲ ਜਿਹੜਾ ਉਹ ਕੋ ਜੋ ਵਰਤ ਰਿਹਾ ਇਹੀ ਹੈ ਵੀ ਜੇ ਸਵਾਲ ਕੀਤੇ ਹੈ ਜੇ ਗੱਲ ਉਠਾਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਪਰਚਾ ਦੇ ਦੇਣਾ ਜਦੋਂ ਤੁਸੀਂ ਖੁਦ ਹੀ ਸਿਖਾਇਆ ਸੀ ਪੁਰਾਣੀਆਂ ਪਾਰਟੀਆਂ ਨੇ ਤਾਂ ਕਹੀ ਨਹੀਂ ਸੀ ਸਵਾਲ ਕਰੋ ਪੁਰਾਣੀਆਂ ਪਾਰਟੀਆਂ ਲੀਡਰ ਆਉਂਦੇ ਸੀ ਲੋਕ ਚੁੱਪ ਕਰਕੇ ਬੈਠ ਕੇ ਜੇ ਗੱਲ ਸੋਣੀ ਹੁੰਦੀ ਸੋਣਿਆ ਹੁੰਦੇ ਕੋਈ ਭਾਵੇਂ ਗੱਪ ਕਹਿੰਦੇ ਭਾਵੇਂ ਸੱਚ ਕਹਿੰਦੇ ਮਾਨ ਸਾਹਿਬ ਵੀ ਇਹ ਕਹਿੰਦੇ ਸੀ ਕਿ ਭਾਵੇਂ ਮੈਂ ਹੋਵਾਂ ਸਵਾਲ ਕਰੋ ਪਰ ਹੁਣ ਸਵਾਲਾਂ ਤੋਂ ਤਾਂ ਮਾਦਮੀ ਪਾਰਟੀ ਵਿਧਾਨ ਸਭਾ ਚ ਵੀ ਭਾਈਦੀ ਹੈ ਉੱਥੇ ਵੀ ਕੈਮਰਿਆਂ ਦੀ ਡਿਫਰੈਂਸ ਹੋ ਜਾਂਦੀ ਹੈ ਜੇ ਸੱਤਾ ਹੈ ਤਾਂ Então é... é. ਠੀਕ ਹੈ ਫਿਰ ਤਾਂ ਮਾਸਟਰ ਸ਼ਾਟ ਹੀ ਆਉਂਦਾ ਪਤਾ ਨਹੀਂ ਲੱਗਦਾ ਕਿਹੜਾ ਬੋਲੀ ਜਾਂਦਾ ਉਹੀ ਗੱਲ ਜੇ ਗਰਾਊਂਡ ਤੇ ਉੱਤੇ ਐ ਜੇਕਰ ਭਾਜਪਾ ਨੂੰ ਸਵਾਲ ਹੁੰਦੇ ਤਾਂ ਆਮ ਆਦਮੀ ਪਾਰਟੀ ਰੀਲਾਂ ਕੱਟ-ਕੱਟ ਪਾਉਂਦੀ ਹੈਗੀ ਭੇਜ ਦੇ ਉੱਤੇ ਤੇ ਜੇਕਰ ਇਹਨਾਂ ਨੂੰ ਸਵਾਲ ਹੁੰਦੇ ਐ ਤਾਂ ਫਿਰ ਪਰਚੇ ਹੁੰਦੇ ਐ ਮਤਲਬ ਸੱਤਾ ਦਾ ਪੂਰਾ ਫਾਇਦਾ ਜਿਹੜਾ ਉਠਾਇਆ ਜਾ ਰਿਹਾ ਆਪਣੇ ਉਹ ਖਿਲਾਫ ਉੱਠ ਰੇ ਸਵਾਲਾਂ ਨੂੰ ਦਬਾਉਣ ਲਈ ਤੇ ਇੱਕ ਗੱਲ ਹੋਰ ਆ ਸੰਦੀਪ ਸਵਾਲ ਦਬਾਇਆ ਦਬਦੇ ਨਹੀਂ ਹੁੰਦੇ ਪੰਜਾਬ ਪਰਚਿਆਂ ਤੋਂ ਡਰਦਾ ਨਹੀਂ ਹੁੰਦਾ ਇੱਕ ਗੱਲ ਤੁਹਾਨੂੰ ਦੱਸ ਦੇਣਾ ਕਿ ਪੰਜਾਬ ਦੀ ਇਹ ਫਿਤਰਤ ਐ ਕਿ ਜਿੰਨਾ ਨੱਪੀ ਜਾਓਗੇ ਜਿੰਨਾ ਇਹਨਾਂ ਦੇ ਲੋਕਾਂ ਦੇ ਉੱਤੇ ਜ ਉਨਾ ਹੀ ਵੱਧ ਵੜਕਦੇ ਆ ਜੇ ਉੱਥੇ ਗੋਲੇ ਚੱਲ ਗਏ ਬਾਰਡਰਾਂ ਦੇ ਉੱਤੇ ਇਹ ਕੇਂਦਰ ਸਰਕਾਰ ਨੇ ਅੱਖਾਂ 'ਚ ਬਥਰੂ ਗੈਸ ਦੇ ਗੋਲੇ ਮਾਰੇ ਹੋਰ ਕੀਤਾ ਕੀ ਕਿਸਾਨ ਉੱਥੇ ਜਾਣੋਂ ਹਟ ਗਈ ਸੀ ਕੀ ਲੋਕਾਂ ਨੇ ਉਦੋਂ ਬਾਅਦ ਵਿਰੋਧ ਕਰਨੋਂ ਹਟਤਾ ਉਦੋਂ ਵੱਧ ਦਿੱਲੀ ਗਏ ਉਦੋਂ ਬਾਅਦ ਇਹਨਾਂ ਦੇ ਭਾਈਪਾਲਾਂ ਦੇ ਪਿੰਡਾਂ 'ਚ ਘੇਰਿਆ ਇਹ ਇਹ ਫਿਤਰਤ ਆ ਇਹਨੂੰ ਬਦਲਿਆ ਨਹੀਂ ਜਾ ਸਕਦਾ ਤੁਸੀਂ ਪਰਚਿਆਂ ਦੀ ਬਜਾਏ ਮੈਂ ਮਾਨ ਸਾਹਿਬ ਨੂੰ ਵੀ ਕਹਿਣਾ ਤੁਸੀਂ ਆਪਦੇ ਐਮਐਲਏ ਨੂੰ ਸਮਝਾਓ ਕਿ ਪਰਚਿਆਂ ਦੀ ਬਜਾਏ ਥਾਣੇ ਦੀ ਜਾਂਦੀ ਬਜਾਏ ਉਹਨਾਂ ਦੇ ਜਿਹੜੇ ਸਵਾਲ ਬਣਦੇ ਆ ਇਹ ਪਿੰਡ ਦੀ ਸੜਕ ਦਾ ਮਾਮਲਾ ਹੈ ਜੈਨੋ ਵੀ ਛੱਡ ਦਿਓ ਉਹਦਾ ਬੰਦਿਆ ਨਿੱਜੀ ਸਵਾਲ ਹੀ ਹੋ ਜਵਾਬ ਦਿੱਤਾ ਜਾ ਸਕਦਾ ਠੀਕ ਹੈ ਜੋ ਹੋ ਸਕਦਾ ਉਹਨੂੰ ਕਹਿ ਜਾਂਦਾ ਕਿ ਕੋਈ ਨਹੀਂ ਤੈਨੂੰ ਸ਼ਾਮਲ ਕਰ ਲਾਂਗੇ ਜਦੋਂ ਤੁਸੀਂ ਬਾਹਰਲੇ ਬੰਦਿਆਂ ਨੂੰ ਸ਼ਾਮਲ ਕਰ ਰਹੇ ਹੋ ਹਰ ਰੋਜ਼ੀ ਤੇ ਫਿਰ ਆਪਦੇ ਬੰਦੇ ਨੂੰ ਦੁਬਾਰਾ ਸ਼ਾਮਲ ਕਰ ਲਓ ਜੇ ਉਹਦਾ ਕੋਈ ਗੁੱਸਾ ਆ ਗਿਆ ਕੋਈ ਕੁਝ ਹੈ ਜਦੋਂ ਅਸੀਂ ਕਹਿ ਦਈਏ ਕਿ ਬਗਾਨੇ ਆਪਾਂ ਘਰ ਚ ਹੀ ਹੋਈਏ ਕਿ ਆਪਾਂ ਭਰਾ ਨੂੰ ਤਾਂ ਅੱਡ ਹੋ ਜੀਏ ਤੇ ਕਿਸੇ ਬਗਾਨੇ ਨੂੰ ਆਪਦੇ ਘਰੇ ਬਿਠਾ ਲਈਏ ਤਾਂ ਫਿਰ ਉਹ ਦੁੱਖ ਤਾਂ ਆਉਂਦਾ ਹੀ ਹੈ ਨਾ ਤਾਂ ਉਹ ਜੀ ਆਪਾਂ ਬਗਾਨਿਆਂ ਨੂੰ ਗੱਲ ਲਾ ਸਕਦੇ ਆ ਤੇ ਆਪਦੇ ਨੂੰ ਹੀ ਗੱਲ ਲਾ ਲਓ ਜੇ ਆਪਦੇ ਕੋਈ ਗੁੱਸਾ ਆਗੇ ਲਾਇਆ ਕੋਈ ਐਮਐਲਏ ਪ੍ਰਤੀ ਹੈ ਉਹ ਸਭ ਦਾ ਖੁੱਡੀਆਂ ਸਭ ਨੂੰ ਦੱਸ ਕੇ ਗੁੱਸਾ ਹੀ ਗੜਾਈ ਦੂਰ ਹੋ ਜਾਂਦਾ ਸੋ ਇਸ ਕਰਕੇ ਸਵਾਲ ਆਲਿਆਂ ਤੇ ਪਰਚੇ ਕਰਨੇ ਸਵਾਲ ਆਲਿਆਂ ਰੁਕਣਾ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਦਿਉਣ ਵਾਲੇ ਸਮਝ ਬੜੇ ਆ ਉਹ ਬੜੇ ਭੜੇ ਨਤੀਜੇ ਭੋਗਤਨੇ ਪੈਣੇ ਬਹੁਤ ਸ਼ੁਕਰੀਆ ਜੇ ਜਿਹੜਾ ਇੱਕ ਪਰਚਾ ਹੋਇਆ ਇਸ ਪਰਚੇ ਦੇ ਚਰਚੇ ਤਾਂ ਹੋ ਗਿਆ ਕਿਉਂਕਿ ਸਵਾਲਾਂ ਦੇ ਦੌਰਾਨ ਵਿਰੋਧ ਦੇ ਦੌਰਾਨ ਜੇਕਰ ਪਰਚਾ ਬਦਲੇ ਵਿੱਚ ਮਿਲੇਗਾ ਤੇ ਆਮ ਤੌਰ ਦੇਤੇ ਕਿਹਾ ਜਾਂਦਾ ਜਿਵੇਂ ਅਸੀਂ ਪਹਿਲਾਂ ਗੱਲਬਾਤ ਕਰਕੇ ਹਟੇ ਹਾਂ ਕਿ ਪੂਰੀ ਜਾਣਕਾਰੀ ਕੀ ਹੈ ਐਮਐਲਏ ਨੇ ਆਪਣਾ ਪੱਖ ਦੱਸਿਆ ਜਿਹੜਾ ਗੱਲਬਾਤ ਕਰਦਿਆਂ ਸਾਡੇ ਨਾਲ ਉਹ ਵੀ ਸੀ ਤੁਹਾਡੇ ਨਾਲ ਸਾਂਝਾ ਕੀਤਾ ਹਾਲਾਂਕਿ ਪਿੰਡ ਦੇ ਲੋਕਾਂ ਦਾ ਕਹਿਣਾ ਜਿੱਥੇ ਵਿਰੋਧ ਦੀਆਂ ਤਸਵੀਰਾਂ ਆਈਆਂ ਸੀ ਜਿੱਥੇ ਲੋਕਾਂ ਨੇ ਕਿਹਾ ਕਿ ਇਹ ਗੱਲ ਜਿਹੜਾ ਸਾਡੇ ਮਸਲੇ ਹੱਲ ਕਿਉਂ ਨਹੀਂ ਹੁੰਦੇ ਇਸ ਗੱਲ ਨੂੰ ਲੈ ਕੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਸਾਡਾ ਕੋਈ ਗਲਾ ਸ਼ਿਕਵਾ ਨਹੀਂ ਸਥਾਨਕ ਾਇਕ ਦੇ ਨਾਲ ਪ੍ਰਿੰਸੀਪਲ ਬੁੱਧਰਾਮ ਦੇ ਨਾਲ ਜਰੂਰ ਗਿਲੇ ਸ਼ਿਕਵੇ ਨੇ ਪਰ ਉਸ ਦੇ ਬਦਲੇ ਪਰਚਾ ਮਿਲਿਆ ਪਰ ਐਮ ਐਲ ਏ ਦਾ ਸਾਫ਼ ਕਹਿਣਾ ਹੈ ਕਿ ਪਰਚਾ ਸੀ ਨਹੀਂ ਕਰਵਾਇਆ ਇਸ ਤਰ੍ਹਾਂ ਦੀ ਹੱਥੋਪਾਈ ਉੱਥੇ ਜਰੂਰ ਹੋਈ ਹੋਵੇਗੀ ਪਰ ਇੱਥੇ ਨਿਰਪੱਖਤਾ ਦੇ ਨਾਲ ਜੇਕਰ ਜਾਂਚ ਹੁੰਦੀ ਹੈ ਜੇਕਰ ਸਬੂਤ ਕੋਈ ਐਵੀਡੈਂਸ ਮਿਲਦਾ ਤੇ ਬਿਲਕੁਲ ਕਾਰਵਾਈ ਹੋਵੇ ਜੇਕਰ ਇਸ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਹੈ ਵਰਦੀ ਪਾੜਨ ਦਾ ਜਾਂ ਪੁਲਿਸ ਨਾਲ ਕੋਈ ਧੱਕਾਸ਼ਾਹੀ ਕਰਨ ਦਾ ਤਾਂ ਫਿਰ ਇਸ ਦੇ ਉੱਤੇ ਪਰਚੇ ਦੇ ਉੱਤੇ ਵੀ ਗੌਰ ਕਰਨੀ ਚਾਹੀਦੀ ਹੈ ਔਰ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਸਿੱਟੇ ਕੀ ਨਿਕਲਦੇ ਹੈ ਕਰਾਂਗੇ ਰੋਈ ਟੀਵੀ ਤੋਂ ਹਾਂਜੀ ਵੀਰ ਜੀ ਅੱਛਾ ਇੱਕ ਬਰੇ ਪਿੰਡ ਦੇ ਵਿੱਚ ਪਰਚਾ ਹੋਇਆ ਜੀ ਨੌਜਵਾਨਾਂ ਤੇ ਪਰਚਾ ਪਤਾ ਕੀ ਹੋਸੀ ਨਹੀਂ ਕਿਸੇ ਨੇ ਕੀਤਾ ਜੀ ਜੀ ਠੀਕ ਹੈ ਨਾ ਗੱਲ ਉਹ ਬੰਦੇ ਜਿਹਦੇ ਖੁਡੀਆਂ ਸਾਹਿਬ ਆਏ ਨੇ ਜੀ 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 ਉਹ ਖੁਡੀਆਂ ਸਾਹਿਬ ਆਏ ਨੇ ਖੁਡੀਆਂ ਸਾਹਿਬ ਦੇ ਨਾ ਧੱਕਾ ਮੁੱਕੀ ਕਰਕੇ ਉਹਨਾਂ ਨੂੰ ਕੀਤਾ ਪੁਲਿਸ ਨਾਲ ਮਤਲਬ ਉਹਨਾਂ ਨੇ ਧੱਕਮ ਕੀਤਾ ਜੀ ਪੁਲਿਸ ਦੇ ਵਿੱਚ ਨੂੰ ਪੁਲਿਸ ਨੇ ਕਿਹਾ ਵੀ ਭਾਈ ਇਹ ਦੇਖੋ ਉਹ ਆਏ ਮਤਲਬ ਬੰਦੇ ਆਏ ਨੇ ਜੀ ਬੰਦੇ ਆਏ ਨੇ ਤੁਸੀਂ ਗੱਲ ਤਾਂ ਸੁਣੋ ਜੇ ਕਰ ਨਹੀਂ ਦਿੰਦੇ ਜੀ ਉਸ ਲੋਕਾਂ ਦੇ ਵਾਸਤੇ ਕੁਝ ਨਹੀਂ ਕਿਹਾ ਸਾਡੇ ਕੋਲ ਪਰਚਾ ਨਹੀਂ ਸਾਡੀ ਗੱਲ ਹੈ ਉਹ ਤਾਂ ਪੁਲਿਸ ਕੋਲ ਤਾਂ ਪਰਚਾ ਹੈ ਉਹ ਕਹਿੰਦੇ ਜਿਹੜਾ ਹਰਜੀਵਨ ਸਿੰਘ ਹੈ ਤੁਹਾਡੀ ਪਾਰਟੀ ਦਾ ਬਲਾਕ ਪ੍ਰਧਾਨ ਰਿਹਾ ਉਹਨੂੰ ਉਹ ਸਾਲ ਪਰ ਕੱਢੇ ਨੂੰ ਸਾਲ ਭਰ ਗਿਆ ਕੱਢੇ ਨੂੰ ਹਾਂਜੀ ਉਹ ਕਹਿੰਦੇ ਉਹ ਸਾਡੇ ਦਾ ਖੌਜ਼ਾ ਰੋਜ਼ ਵਾਲਾ ਦਾ ਕਾਲਾ ਦਾ ਪਾਰਟੀ ਨੂੰ ਜੀ 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 ਉਹ ਕਹਿੰਦੇ ਵੀ ਇੱਥੇ ਸੀ ਪਹਿਲਾਂ ਸੀ ਹੁੰਦਾ ਛੱਡੀ ਉਹਨੂੰ ਕਦੋਂ ਨੂੰ ਜੀ ਜੀ ਉਹ ਕਹਿੰਦੇ ਵੀ ਪ੍ਰਿੰਸੀਪਲ ਸਾਹਿਬ ਲਈ ਦੋ ਵਾਰੀ ਉਹਨਾਂ ਨੇ ਵੋਟਾਂ 'ਚ ਵੀ ਕੰਮ ਕੀਤਾ ਤੇ ਪਰ ਕੁਝ ਗਲਾਂ ਤਾਂ ਨਹੀਂ ਖਾਣੀਆਂ ਜੇ ਰਿਪੋਰਟਾਂ ਕੰਮ ਕੀਤਾ ਤੇ ਪਰ ਕਾਲਾ ਤਾਂ ਹੁਣ ਤਾਂ ਕਹਿੰਦੇ ਨਹੀਂ ਸਰਕਾਰ ਦਾ ਕਿਸੇ ਨੂੰ ਉਹ ਤਾਂ ਕਹਿੰਦੇ ਪਿੰਡ ਦੇ ਕੰਮਾਂ ਲਈ ਉੱਥੇ ਗਏ ਸੀ ਤੇ ਉੱਥੇ ਪਰਚੇ ਕਹਿੰਦੇ ਨੋ ਨੋ ਧੱਕਮੁਕੀ ਹੋਇਆ ਪੂਰਾ ਆ ਤੇ ਨਵੀਂ ਵੀਡੀਓ ਭੇਜ ਦੇਣਾ ਜੀ 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 ਮੈਨੂੰ ਸਾਡਾ ਮਤਲਬ ਨਹੀਂ ਹੈ ਕੋਈ ਤਾਂ ਪੁਲਿਸ ਦਾ ਆਪਦਾ ਪ੍ਰਸ਼ਾਸਨ ਦੇਖਿਆ ਇਸ ਤਰ੍ਹਾਂ ਵੀ ਥੋੜੇ ਕੰਮਾਂ ਦੀ ਦਰਖਾਸਤ ਕੀਤੀ ਹੈ ਜੀ 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 ਹਾਂ ਪਿੰਡ ਵਾਸੀਆਂ ਨਾਲ ਕੁਝ ਗੱਲ ਹੋਈ ਹੈ ਉਹ ਕਹਿੰਦੇ ਧੱਕਾ ਮੁਕੀ ਨਹੀਂ ਹੋਈ ਉਹਦੀ ਵੀਡੀਓ ਹੈ ਜੀ ਤੁਹਾਡੇ ਕੋਲ ਪਿੰਡ ਜਾ ਕੇ ਪੁੱਛੋ ਪਿੰਡ ਜਾ ਕੇ ਪੁੱਛੋ ਸਾਰਾ ਪਿੰਡ ਕਮਾ ਹੈ ਜੀ ਇਦੇ ਵਿੱਚ ਮੈਨੂੰ ਕਿ ਬਈ ਤਾਂ ਕਰਨੀ ਇਹ ਸਾਨੂੰ ਵੀ 10000 ਰੁਪਏ ਦੀ ਗੱਲ ਨਹੀਂ ਮੈਂ ਨਹੀਂ ਕਹਿੰਦਾ ਜੀ ਉਹ ਤਾਂ ਉਹ ਤਾਂ ਪੈਂਡ ਵਾਲਾਂ ਤੋਂ ਪੁੱਛਿਆ ਸੀ ਇੱਕ ਬੰਦੇ ਨੇ ਕਾਂਗਰਸ ਨੂੰ ਫੋਨ ਕਰਕੇ ਆਹੋ ਉਹ ਤਾਂ ਜਾਣ ਕੇ ਭੇਜਿਆ ਸੀ ਅਸੀਂ ਅਸੀਂ ਇਹਦੇ ਪੈਸੇ ਦੇ ਕੇ ਠੀਕ ਹੈ ਵੀ ਤੁਸੀਂ ਕਹਿੰਦੇ ਵੀ ਕਾਂਗਰਸੀਆਂ ਨੇ ਭੇਜਿਆ ਸੀ ਨਹੀਂ ਉਹਨਾਂ ਧੱਕਾ ਕੀ ਕੀ ਆਈ ਜਾ ਕੇ ਦੇਖੋ ਠੀਕ ਹੈ ਉਹਨਾਂ ਨੇ ਲੋਕ ਗਰਾਉਂਡ ਜ਼ੀਰੋ ਰਿਪੋਰਟ ਵੀ ਤਕਰੀਰ ਕੀਤਾ ਮੈਨੂੰ ਕਿ ਪੁੱਛਦੇ ਹੋ ਅੱਛਾ ਧੱਕਾ ਕੀਤਾ ਜਾਨੀ ਕਿ ਤੁਸੀਂ ਕਹਿੰਦੇ ਹੋ ਮੈਂ ਕਹਿੰਦਾ ਜੀ ਬੋਲ ਨਹੀਂ ਤਾਂ ਕੁੜੀਆਂ ਸਾਹਿਬ ਨੂੰ ਠੀਕ ਹੈ ਜਿੰਦਾਬਾਦ ਮੁਰਦਾਬਾਦ ਨਾਲ ਜਿਹੜਾ ਹੈ ਜਿੰਦਾਬਾਦ ਮਰਦਾਬਾਦ ਦੇ ਮਤਲਬ ਕੱਲਾ ਵਿਰੋਧ ਮਤਲਬ ਵਿਰੋਧ ਕਰਨ ਆਏ ਸੀ ਕੁੜੀਆਂ ਸਾਹਿਬ ਦਾ ਸਵਾ ਬਹੁਤ ਜ਼ਿਆਦਾ ਦੇਖ ਹੱਦ ਵਿਰੋਧ ਬੁਲਣੀ ਤਬ ਕੁੜੀਆਂ ਸਾਹਿਬ ਉਹ ਕਹਿੰਦੇ ਕੋਈ ਪਿੰਡ ਦੀ ਸੜਕ ਦਾ ਮਾਮਲਾ ਸੀ ਵੀ ਉਹ ਬਣ ਨਹੀਂ ਰਹੀ ਸੀ ਸੜਕ ਨਾਲ ਗਿਆ ਦਾ ਸੰਬੰਧ ਨਹੀਂ ਕੋਈ ਸੜਕ ਦਾ ਹਾਂਜੀ ਕੋਈ ਮਸਲਾ ਨਹੀਂ ਸੜਕ ਦਾ ਬਣ ਰਹੀ ਹੈ ਜੀ ਅੱਛਾ ਜੀ ਉਹ ਤਾਂ ਮਜੂਰ ਹੋਈ ਪਈ ਹੈ ਮੈਨਾਂ ਬਣ ਵੀ ਰਹੀ ਹੈ ਠੀਕ ਹੈ